मैनू उम्मीद है कि भगवंत मान जरूर इस बार पंजाब दा सीएम बनूंगा। जेड़ी आर्ट दी लाइन सी असी कठिया ने शुरू कीती सी, ये लाइन ता तेरी हैगी वी आर्ट दी, ता बट तू एक दिन बहुत बड़ा लीडर बनेगा। तेरा असली जेड़ा फील्ड है वो पॉलिटिक्स है। ये पहला इंसान है जेड़ा दो बार एमपी बन के भी एदी जायदाद घटदी तुरी जा रही है, क्योंकि इन्हे कदे करप्शन नहीं कीती। एक बहुत वड्डी अनाउंसमेंट हुई है मेरे वीर भगवंत मान बारे। सो मेरे वालों भगवंत मान नूं पंजाब दा सीएम चेहरा अनाउंस होण ते लख लख मुबारक। भगवंत मान नूं जानदा क्योंकि साडा काफी सालां तों वाह वास्ता है, स्कूल टाइम तों मतलब प्लस वन प्लस टू तों उदों तों इहनूं देख रहा सी कि बहुत ही इंटेलीजेंट मुंडा सी और एक आम परिवार दा मिडल फैमिली नूं बिलोंग करदा, ते अज सीएम दा दावेदार बनिया। बहुत बहुत मुबारक, बहुत चंगी गल लगदी है कि बंदे च कैलीबर होवे, मेहनत लगन इमानदारी होवे ता कोई भी ओहदा अचीव कर सकदा है। ते मैनू उम्मीद है कि भगवंत मान जरूर इस बार पंजाब दा सीएम बनूंगा और मैनू माण भी है कि मैं उहदे नाल बहुत समा बिताया, असीं इकट्ठे ने बड़ा समा बिताया, साडी जिहड़ी आर्ट दी लाइन सी असीं इकट्ठे ने शुरू कीती सी। सो मैं अज भी किसी नाल गल कर रहा सी कि जदों असीं कॉलेज पढ़दे सीगे तां मैं उहनूं ਉਹਦੀਆਂ ਗੱਲਾਂ ਨੂੰ ਦੇਖਦੇ ਹੋਏ, ਉਹਦਾ ਇੰਟਰਸਟ ਦੇਖਦੇ ਹੋਏ ਇਹ ਗੱਲ ਕਹੀ ਸੀ ਕਿ ਭਗਵੰਤ ਇਹ ਲਾਈਨ ਤਾਂ ਤੇਰੀ ਹੈਗੀ ਹੈ ਆਰਟ ਦੀ, ਤਾਂ ਬਟ ਤੂੰ ਇੱਕ ਦਿਨ ਬਹੁਤ ਵੱਡਾ ਲੀਡਰ ਬਣੇਗਾ, ਤੇਰਾ ਅਸਲੀ ਜਿਹੜਾ ਫੀਲਡ ਹੈ ਉਹ ਪੋਲਿਟਿਕਸ ਹੈ। ਸੋ ਅੱਜ ਉਹ ਸੁਪਨਾ ਵੀ ਸਾਕਾਰ ਹੋਇਆ। ਸੋ ਦੂਜੀ ਗੱਲ ਇਹ ਹੈ ਕਿ ਮੈਂ ਸਮਝਦਾ ਕਿ ਜੋ ਮੇਰੀ ਨਿੱਜੀ ਰਾਏ ਹੈ ਜਾਂ ਭਗਵੰਤ ਮਾਨ ਨੂੰ ਪਿਆਰ ਕਰਨ ਵਾਲੇ ਲੋਕ ਇਹ ਸਮਝਦੇ ਨੇ, ਉਹ ਜਾਣਦੇ ਨੇ ਚੰਗੀ ਤਰ੍ਹਾਂ ਕਿ ਕੋਈ ਵੀ ਪੋਲੀਟੀਸ਼ੀਅਨ ਹੈ ਜਿਹੜਾ ਵੀ ਇਸ ਲਾਈਨ ਦੇ ਵਿੱਚ ਆਇਆ, ਕੋਈ ਵੀ ਐਸਾ ਬੰਦਾ ਨਹੀਂ ਜਿਹੜਾ ਐਮਪੀ ਜਾਂ ਐਮਐਲਏ ਬਣਿਆ ਹੋਵੇ ਤੇ ਉਹਦੀ ਜਾਇਦਾਦ ਘਟੀ ਹੋਵੇ। ਇਹ ਕੱਲਾ ਪਹਿਲਾ ਪੋਲੀਟੀਸ਼ੀਅਨ ਹੈ, ਬਾਕੀ ਪੋਲੀਟੀਸ਼ੀਅਨ ਸ਼ਾਇਦ ਬਹੁਤ ਜ਼ਮੀਨਾਂ ਜਾਇਦਾਦਾਂ ਬਣਾਉਂਦੇ ਨੇ, ਬਟ ਇਹ ਪਹਿਲਾ ਇਨਸਾਨ ਹੈ ਜਿਹੜਾ ਦੋ ਵਾਰੀ ਐਮਪੀ ਬਣ ਕੇ ਵੀ ਇਹਦੀ ਜਾਇਦਾਦ ਘਟਦੀ ਤੁਰੀ ਜਾ ਰਹੀ ਹੈ, ਕਿਉਂਕਿ ਇਹਨੇ ਕਦੇ ਕਰਪਸ਼ਨ ਨਹੀਂ ਕੀਤੀ। ਸੋ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਚ ਜਦੋਂ ਇਹ ਸੀਐਮ ਬਣਨਗੇ ਤਾਂ ਪੰਜਾਬ ਦੇ ਲਈ ਬਹੁਤ ਵਧੀਆ ਮਾਣ ਵਾਲੀ ਗੱਲ ਹੋਊ, ਪੰਜਾਬ ਦੇ ਲੋਕਾਂ ਲਈ ਬੜੀ ਵਧੀਆ ਗੱਲ ਹੋਊ, ਕਿਉਂਕਿ ਲੋਕਾਂ ਦੇ ਵਿੱਚੋਂ ਉੱਠਿਆ ਹੋਇਆ ਮੁੱਖ ਮੰਤਰੀ ਬਣੂਗਾ, ਜਿਹੜਾ ਬੰਦੇ ਨੇ ਲੋਕਾਂ ਦੇ ਦੁੱਖ ਦਰਦ ਦੇਖੇ ਹੋਏ ਨੇ, ਕਿਉਂਕਿ ਜਿਹੜਾ ਆਮ ਘਰ ਦਾ ਜੀ ਹੁੰਦਾ ਉਹਨੂੰ ਪਤਾ ਹੁੰਦਾ ਕਿ ਥੱਲੇ ਵੀ ਲੋਕ ਕਿਵੇਂ ਵੱਸਦੇ ਨੇ ਜਾਂ ਕਿਵੇਂ ਵਿਚਰਦੇ ਨੇ। ਸੋ ਉਹਨੂੰ ਤੁਹਾਡੀਆਂ ਦੁੱਖ ਤਕਲੀਫਾਂ ਦਾ ਪਤਾ। ਮੇਰੇ ਵੱਲੋਂ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਐਲਾਨਣ ਤੇ ਲੱਖ ਲੱਖ ਮੁਬਾਰਕਾਂ, ਪੂਰੇ ਪੰਜਾਬੀਆਂ ਨੂੰ ਲੱਖ ਲੱਖ ਮੁਬਾਰਕਾਂ।